SGPC ਦੇ ਅਗਵਾਈ ਥੱਲੇ ਅੱਜ ਮੀਟਿੰਗ ਹੋ ਰਹੀ ਹੈ ਬੰਦੀ ਸਿੱਖਾਂ ਦੀ ਰਜ਼ਾਈ ਕਰਨ ਵਾਸਤੇ ਸਾਰੀਆਂ ਧਿਰਾਂ ਇਕੱਠੀਆਂ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਪੋਸਟਿਵ ਨਿਕਲ ਕੇ ਆਏਗਾ ਅੱਜ ਅੱਜ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਦੇਖਦੇ ਹਾਂ ਮੀਟਿੰਗ ਕੀ ਹੁੰਦਾ ਅੱਜ ਉਹਦੀ ਪਲੇਠੀ ਮੀਟਿੰਗ ਆ ਤੇ ਉਸ ਮੀਟਿੰਗ 'ਚ ਸ਼ਾਮਲ ਹੋਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੈਂ ਪੁੱਜਿਆ ਹਾਂ ਯਾਰ ਤੁਸੀਂ ਸਾਹਿਬ ਪਹਿਲੀ ਵਾਰ ਹੋਇਆ ਕਿ ਵੱਖ-ਵੱਖ ਧਿਰਾਂ ਇਕੱਤਰ ਹੋਈਆਂ ਇੱਕ ਝੰਡੇ ਹੇਠ ਲੱਗਦਾ ਕੋਈ ਚੰਗੇ ਨਤੀਜੇ ਆਉਣਗੇ ਆਸ ਰੱਖਦੇ ਹਾਂ ਜੀ ਚੰਗੇ ਨਤੀਜਿਆਂ ਦੇ ਵਾਸਤੇ ਹੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਇੱਥੇ ਪਹੁੰਚੇ ਹਾਂ ਔਰ ਚਾਹੁੰਦੇ ਹਾਂ ਕਿ ਜਿਹੜੇ ਬੰਦੀ ਸਿੰਘ ਆ ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋ ਰਿਹਾ ਹੁਣ ਉਹ ਸਭ 31 ਸਾਲ ਬਾਅਦ ਰਜੀਵ ਗਾਂਧੀ ਦਾ ਕਤਲ ਰਿਹਾ ਹੋ ਸਕਦਾ ਪਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਰਕਾਰ ਨਹੀਂ ਇਹੀ ਗੱਲ ਜਿਹੜੀ ਅੱਜ ਮੀਟਿੰਗ 'ਚ ਵਿਚਾਰੀ ਜਾਏਗੀ ਉਹਦੇ ਵਾਸਤੇ ਫਿਰ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਊਗਾ ਕਿਸ ਤਰ੍ਹਾਂ ਦੀ ਰਣਨੀਤੀ ਤੈਅ ਕੀਤੀ ਜਾ ਸਕਦੀ ਇਹ ਅੰਦਰ ਜਾ ਕੇ ਪਤਾ ਲੱਗੇਗਾ ਮੈਂ ਤਾਂ ਚਾਹੁੰਦਾ ਕਿ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਜਾਂ ਗ੍ਰਹਿ ਮੰਤਰੀ ਸਾਹਿਬ ਜਾਂ ਰਾਸ਼ਟਰਪਤੀ ਸਾਹਿਬ ਸੰਬੰਧਿਤ ਸਰਕਾਰਾਂ ਸਭ ਨਾਲ ਜਿਹੜਾ ਰਾਬਤਾ ਕਰਕੇ ਅਤੇ ਬੜੇ ਸ਼ਾਂਤਮਈ ਪੀਸਫੁੱਲ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਇਸ ਵਿੱਚ ਸਫਲ ਹੋਈਏ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਜਿਹੜਾ ਹਿਊਮਨ ਰਾਈਟ ਦਾ ਘਾਣ ਨਾ ਹੋਵੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਹੱਕ ਬਣਦਾ ਅਤੇ ਉਹਦੇ ਵਾਸਤੇ ਅਸੀਂ ਭਾਰਤ ਸਰਕਾਰ ਨਾਲ ਰਾਬਤਾ ਕਰਕੇ ਅਤੇ ਉਹਨਾਂ ਦੀਆਂ ਰਿਹਾਈਆਂ ਨੂੰ ਯਕੀਨੀ ਬਣਾਇਆ ਜਾ ਸਕੇ ਥੈਂਕ ਯੂ ਸਾਰਾ ਅੰਦਰ ਜਾ ਕੇ ਗੱਲਬਾਤ ਹੋਏਗੀ ਅੰਦਰ ਜਾ ਕੇ ਜਿਹੜੀ ਆ ਗੱਲਬਾਤ ਕੀ ਹੁੰਦੀ ਆ ਜੋ ਗੱਲਬਾਤ ਹੋਏਗੀ ਬਾਹਰ ਆ ਕੇ ਤੁਹਾਡੇ ਨਾਲ ਕਰਦੇ ਹਾਂ ਇਹ ਬੰਦੀ ਸਿੰਘਾਂ ਤੇ ਚਰਚਾ ਹੋਵੇਗੀ ਜਾਂ ਜਿਹੜੇ ਬੇਅਦਬੀ ਦੇ ਮੁੱਦੇ ਤੋਂ ਕਰੀਏ ਨਹੀਂ ਅਸਲ ਅੱਜ ਇੱਕ ਨੁਕਤੀ ਪ੍ਰੋਗਰਾਮ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਹਦੇ ਵਾਸਤੇ ਕਮੇਟੀ ਬਣੀ ਆ ਉਹਦੇ ਵਾਸਤੇ ਜਿਹੜੀ ਗੱਲਬਾਤ ਆ